ਤੁਸੀਂ ਸੁਣ ਰਹੇ ਹੋ ਤਵਾਰੀਕ ਪੰਜਾਬੀ ਸੂਬਾ ਮੋਰਚਾ 1955 ਹਿੰਦੂ ਸਿੱਖ ਫਸਾਦ ਦੀ ਸਾਜ਼ਿਸ਼ ਹੁਣ ਮਹਾਸ਼ਾ ਆਸ਼ਬਨੀ ਕੁਮਾਰ ਨੂੰ ਸਮਝ ਆ ਗਈ ਕਿ ਸ਼ਕਤੀ ਨਾਲ ਮੋਰਚਾ ਨਹੀਂ ਕੁਝ ਲੈ ਜਾ ਸਕਦਾ 6 ਜੁਲਾਈ ਨੂੰ ਡਾਕਟਰ ਨਰਨਜਨ ਸਿੰਘ ਅਤੇ ਡਾਕਟਰ ਭਾਗ ਸਿੰਘ ਦੀ ਅਗਵਾਈ ਹੇਠਾ 44 ਸਿੰਘਾਂ ਦੇ 11 ਜਥੇ ਜਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚੇ ਲਈ ਰਵਾਨਾ ਹੋਣ ਲੱਗੇ ਤਾਂ ਅਕਾਲੀ ਹਾਈ ਕਮਾਂਡ ਨੂੰ ਇਤਲਾਹ ਮਿਲੀ ਕਿ ਮੋਰਚੇ ਨੂੰ ਕੁਚਲਣ ਲਈ ਹਿੰਦੂ ਸਹਿਕ ਪਸਾਦ ਕਰਾਉਣ ਦੀ ਸਾਜ਼ਿਸ਼ ਘੜੀ ਜਾ ਚੁੱਕੀ ਹੈ ਅਤੇ ਉਸ ਲਈ ਸਾਦੇ ਕੱਪੜਿਆਂ ਵਿੱਚ ਕੁਝ ਪੁਲਿਸੀਏ ਤੇ ਕੁਝ ਹੋਰ ਸ਼ਰਾਰਤੀਆਂ ਨੂੰ ਤਿਆਰ ਕਰਕੇ ਸਤਿਆਗ੍ਰਹੀਆਂ ਦੇ ਰਾਹਤੇ ਵਿੱਚ ਖੜਾ ਕੀਤਾ ਹੋਇਆ ਹੈ। ਹੋਰ ਪੜਤਾਲ ਕਰਨ ਪਰ ਪਤਾ ਲੱਗਾ ਕਿ ਪੁਲਿਸ ਨੇ ਆਪਣੀ ਪੈਕਟ ਚੌਂਕ ਕਾਂਟਾ ਘਰ ਤੋਂ ਚੁੱਕ ਕੇ ਚੌਂਕ ਪੁਹਾਰਾ ਵਿੱਚ ਬਿਠਾ ਲਈ ਹੈ। ਅਤੇ ਰਾਹਤੇ ਦੀ ਇੱਕ ਗਲੀ ਵਿੱਚ ਕੋਈ 200 ਸ਼ਰਾਰਤੀ ਪਸਾਦ ਸ਼ੁਰੂ ਕਰਨ ਲਈ ਖੜੇ ਕੀਤੇ ਹੋਏ ਹਨ। ਏ ਵੀ ਇਤਲਾ ਮਿਲੀ ਕਿ ਸਾਜ਼ਿਸ਼ ਦਾ ਵਿਸਥਾਰ ਇਹ ਹੈ ਕਿ ਫਸਾਦ ਕਰਕੇ 48 ਜਾਂ 72 ਘੰਟਿਆਂ ਦਾ ਕਲਫਿਊ ਲਾ ਕੇ ਮੋਰਚੇ ਨੂੰ ਕੁਚਲ ਦਿੱਤਾ ਜਾਵੇ ਇਹ ਪਤਾ ਲੱਗਣ ਪਰ ਅਕਾਲੀ ਹਾਈ ਕਮਾਂਡ ਨੇ ਇਸ ਸਾਜ਼ਿਸ਼ ਨੂੰ ਫੇਲ ਕਰਨ ਲਈ ਸੱਤਿਆਗ੍ਰਹੀਆਂ ਜਥਿਆਂ ਨੂੰ ਮਾਰਚ ਦਾ ਹੁਕਮ ਦੇ ਦਿੱਤਾ ਅਤੇ ਨਾਲ ਹੀ ਹਦਾਇਤ ਕੀਤੀ ਕਿ ਘਾਂਟਾ ਘਰ ਵਾਲੇ ਪਲੇਟਫਾਰਮ ਤੋਂ ਜੋ ਹਦਾਇਤਾਂ ਉਹਨਾਂ ਨੂੰ ਮਿਲਣ ਉਸ ਪਰ ਅਮਲ ਕੀਤਾ ਜਾਵੇ ਉੱਥੋਂ ਜੋ ਹਦਾਇਤਾਂ ਮਿਲਣ ਉਹ ਇਹ ਸੀ ਕਿ ਜਥੇ ਸਿੱਧੇ ਆਲੂ ਵਾਲਿਆਂ ਦੇ ਕਟੜੇ ਵਿੱਚੋਂ ਦੀ ਚੌਂਕ ਫੁਆਰੇ ਨੂੰ ਨਾ ਜਾਣ ਸਗੋਂ ਸੱਟੀ ਬਾਜ਼ਾਰ ਵਿੱਚੋਂ ਦੀ ਹੁੰਦੇ ਹੋਏ ਸ਼੍ਰੀ ਗੁਰੂ ਰਾਮਦਾਸ ਰਾਂ ਦੇ ਉਸ ਨਾਕੇ ਪਰ ਪਹੁੰਚ ਜਾਣ ਕਿ ਜਿੱਥੇ ਪੁਲਿਸ ਪਿਛਲੇ 2 ਮਹੀਨੇ ਗ੍ਰਿਫਤਾਰੀਆਂ ਕਰਦੀ ਰਹੀ ਹੈ ਇਸੇ ਤਰ੍ਹਾਂ ਹੋਇਆ ਅਤੇ ਨਿਯਤ ਨਾਰੇ ਮਾਰਦੇ ਹੋਏ ਜਥੇ ਉਸ ਪਾਸੇ ਨੂੰ ਮਾਰਚ ਕਰਨ ਲੱਗੇ ਪੁਲਿਸ ਨੂੰ ਇਸ ਨਾਲ ਬੜੀ ਪਰੇਸ਼ਾਨੀ ਹੋਈ ਅਤੇ ਉਸ ਦੇ ਕੁਝ ਆਪਸਰਾਵਾਂ ਵੱਲੋਂ ਸੱਤਿਆਗ੍ਰਹੀਆਂ ਨੂੰ ਕਿਹਾ ਗਿਆ ਕਿ ਉਹ ਕਟੜਾ ਆਲੂ ਵਾਲੀਆਂ ਵਿੱਚ ਦੀ ਹੁੰਦੇ ਹੋਏ ਚੌਕ ਫੁਆਰੇ ਵਿੱਚ ਜਾ ਕੇ ਗ੍ਰਿਫਤਾਰੀਆਂ ਦੇਣ ਪਰੰਤੂ ਉਹਨਾਂ ਆਗੋਂ ਖੜਕਮਾ ਉੱਤਰ ਦਿੱਤਾ ਕਿ ਨਾਰਿਆਂ ਪਰ ਪਾਬੰਦੀ ਦਾ ਸਾਰੇ ਸ਼ਹਿਰ ਸਗੋਂ ਜ਼ਿਲ੍ਹੇ ਵਿੱਚ ਹੈ ਇਸ ਲਈ ਅਸੀਂ ਕਿਸੇ ਖਾਸ ਥਾਂ ਕਿਉਂ ਜਾਈਏ ਪਾਬੰਦੀ ਤੋੜ ਰਹੇ ਹਾਂ ਫੜ ਲਓ ਇਸ ਤਰ੍ਹਾਂ ਉਹਨਾਂ ਨੂੰ ਲਾਰੀ ਵਿੱਚ ਬਿਠਾ ਲਿਆ ਗਿਆ ਇਸ ਤਰ੍ਹਾਂ 5 ਤਰੀਖ ਪੀ ਗਈ ਕਾਂਗਰਸੀ ਤੇ ਆਰਿਆ ਸਮਾਜੀ ਅਖਬਾਰਾਂ ਵਿੱਚ ਪਹਿਲਾਂ ਹੀ ਖੂਬ ਰੌਲਾ ਪਵਾ ਦਿੱਤਾ ਸੀ ਕਿ ਸ਼ਹਿਰ ਵਿੱਚ ਹਿੰਦੂ ਸਿੱਖ ਫਸਾਦ ਦਾ ਸਖਤ ਖਤਰਾ ਹੈ। ਪਰੰਤੂ ਅਕਾਲੀ ਹਾਈ ਕਮਾਂਡ ਦੀ ਸ਼ਾਨ ਪਨਾਲ ਇਹ ਸਾਜ਼ਿਸ਼ ਵੀ ਖਤਮ ਹੋ ਗਈ। ਅਕਾਲੀ ਦਲ ਦੇ ਬੈਰੀ ਕਿਸੇ ਭਿਆਨਕ ਖਬਰ ਸੁਣਨ ਦੀ ਤਿਆਰੀ ਕਰ ਰਹੇ ਸਨ। ਪਰੰਤੂ ਤਮਾਸ਼ਾ ਕੋਈ ਵੀ ਨਾ ਹੋਇਆ। ਮਹਾਸ਼ਾ ਅਸ਼ਬਨੀ ਕੁਮਾਰ ਦੇ ਮੰਗੇ ਹੋਏ 5 ਦਿਨਾਂ ਵਿੱਚੋਂ 2 ਚਲੇ ਗਏ ਤੇ 3 ਦਿਨ ਬਾਕੀ ਰਹਿ ਗਏ। ਪਰੰਤੂ ਇਹਨਾਂ ਦੋਹਾਂ ਵਿਚ ਹੀ ਉਸਨੇ ਸਾਰੇ ਹਥਿਆਰ ਜਮਾ ਕੇ ਦੇਖ ਲਏ। ਮੰਜੀ ਸਾਹਿਬ ਵਾਲੇ ਸਾਰੇ ਇਲਾਕੇ 'ਤੇ ਸ਼ੌਣੀ ਪਾਉਣ ਤੇ ਦਰਬਾਰ ਸਾਹਿਬ ਦੀ ਨਾਕਾਮੰਦੀ ਤੋਂ ਇਲਾਵਾ ਉਸ ਨੂੰ ਸ਼ਹਿਰ ਵਿੱਚ ਮੋਰਚੇ ਦੇ ਜਿਹੜੇ ਹਮਦਰਦ ਨਜ਼ਰ ਆਏ ਸਭ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟ ਦਿੱਤੇ ਗਏ। ਰੇਲ ਗੱਡੀਆਂ ਅਤੇ ਬੱਸਾਂ ਵਿੱਚੋਂ ਉਤਰਨ ਵਾਲਿਆਂ ਦੀ ਸਖਤ ਨਿਗਰਾਨੀ ਕੀਤੀ ਗਈ। ਜਿਸ ਪਰ ਵੀ ਮੋਰਚੇ ਲਈ ਆਉਣ ਦਾ ਸ਼ੱਕ ਹੁੰਦਾ ਗ੍ਰਿਫਤਾਰ ਕਰ ਜੇਲ੍ਹ ਭੇਜ ਦਿੱਤਾ ਜਾਂਦਾ। ਪਰੰਤੂ ਇਸ ਦੇ ਬਾਵਜੂਦ ਸੈਂਕੜੇ ਸਿੰਘ ਰੋਜ਼ ਮੋਰਚੇ ਲਈ ਸ੍ਰੀ ਅਕਾਲ ਤਖਤ ਸਾਹਿਬਾਨ ਪਹੁੰਚਦੇ ਗ੍ਰਿਫਤਾਰੀਆਂ ਬੰਦ 7 ਜੁਲਾਈ ਨੂੰ ਸਰਦਾਰ ਹਜਾਰਾ ਸਿੰਘ ਹਿਆਰਪੁਰੀ ਦੀ ਜਥੇਦਾਰੀ ਹੇਠਾਂ 46 ਸਿੰਘਾਂ ਦੇ 14 ਜਥੇ ਸਤਿਆਗ੍ਰਹਿ ਲਈ ਨਿਕਲੇ ਅਤੇ ਅਕਾਲੀ ਹਾਈ ਕਮਾਂਡ ਦੇ ਹੁਕਮ ਅਨਸਾਰ 6 ਜੁਲਾਈ ਵਾਲੇ ਰਾਸਤੇ ਪਰ ਹੀ ਨਾਰੇ ਲਾਉਂਦੇ ਹੋਏ ਅੱਗੇ ਵਧਣ ਲੱਗੇ ਪੁਲਿਸ ਸ੍ਰੀ ਗੁਰੂ ਰਾਮਦਾਸ ਰਾਣ ਵਾਲੇ ਨਾਕੇ ਪਰ ਜਿੱਥੇ ਤੱਕ ਸਤਿਆਗ੍ਰਹਿ ਗ੍ਰਿਫਤਾਰ ਹੁੰਦੇ ਰਹੇ ਸਨ ਭਾਰੀ ਗਿਣਤੀ ਵਿੱਚ ਮੌਜੂਦ ਸੀ ਪ੍ਰੰਤੂ ਉਸਨੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਪੁਲਿਸ ਵੱਲੋਂ ਕੋਈ ਗ੍ਰਿਫਤਾਰੀ ਨਾ ਹੋਣ ਪਰ ਸੱਤਿਆਗ੍ਰਹੀ ਹੋਰ ਅੱਗੇ ਵਧੇ ਅਤੇ ਚੌਕ ਬਾਬਾ ਸਾਹਿਬ ਚੌਕ ਕਰੋੜੀ ਚੌਕ ਮੰਨਾ ਸਿੰਘ ਅਤੇ ਚੌਕ ਪਰਾਗਦਾਸ ਵਿੱਚ ਦੀ ਹੁੰਦੇ 1 ਮੀਲ ਦਾ ਚੱਕਰ ਕੱਟਦੇ ਅਤੇ ਨਾਰੇ ਲਾਉਂਦੇ ਹੋਏ ਮੰਜੀ ਸਾਹਿਬ ਪੁੱਜ ਗਏ ਅਤੇ ਉੱਥੇ ਡੇਰੇ ਲਾ ਕੇ ਬੈਠ ਗਏ ਪੁਲਿਸ ਵੀ ਭਾਰੀ ਗਿਣਤੀ ਵਿੱਚ ਛਾਉਣੀ ਪਾਈ ਬੈਠੀ ਸੀ ਪਰੰਤੂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ 8 9 ਤੇ 10 ਜੁਲਾਈ ਨੂੰ ਵੀ ਸੱਤਿਆਗ੍ਰਹਿ ਹੋਇਆ ਜਥੇ ਨਾਰੇ ਲਾਉਂਦੇ ਹੋਏ ਨਿਕਲੇ ਪਰ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਸਰਦਾਰ ਹੁਕਮ ਸਿੰਘ ਤੇ 바ਵਾ ਜੀ ਗ੍ਰਿਫਤਾਰ ਸੱਚਰ ਸਰਕਾਰ ਤੇ ਉਸ ਦੀ ਪੁਲਿਸ ਨੇ ਇੱਕ ਪਾਸੇ ਲੂੰਬੜਚਾਲਾਂ ਚੱਲ ਕੇ ਮੋਰਚੇ ਦੇ ਮੈਦਾਨ ਵਿੱਚੋਂ ਭੱਜਣ ਦੇ ਰਾਹ ਤਲਾਸ਼ ਕਰ ਲਏ ਅਤੇ ਦੂਜੇ ਪਾਸੇ ਜੇਲ੍ਹ ਵਿੱਚੋਂ ਬਾਹਰ ਬੈਠੇ ਦੋ ਵੱਡੇ ਲੀਡਰਾਂ 바ਵਾ ਹਰਕ੍ਰਿਸ਼ਨ ਸਿੰਘ ਜੀ ਅਤੇ ਸਰਦਾਰ ਹੁਕਮ ਸਿੰਘ ਜੀ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰਨਾ ਜ਼ਰੂਰੀ ਸਮਝਿਆ। ਸਰਦਾਰ ਹੁਕਮ ਸਿੰਘ ਇਸ ਸਮੇਂ ਅਮਲੀ ਤੌਰ ਪਰ ਮੋਰਚੇ ਨੂੰ ਚਲਾ ਰਹੇ ਸਨ। ਪ੍ਰੰਤੂ ਬਾਬਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਦੀ ਦੇਖਭਾਲ ਦੇ ਸਿਲਸਿਲੇ ਵਿੱਚ ਕਮੇਟੀ ਦੇ ਦਫ਼ਤਰ ਵਿੱਚ ਡੇਰੇ ਲਾਈ ਬੈਠੇ ਸਨ। 7 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਦੀਵਾਨ ਵਿੱਚ ਤਕਰੀਰ ਕਰਨ ਦੇ ਪਿਛੋਂ ਜਦ ਸਰਦਾਰ ਹੁਕਮ ਸਿੰਘ ਜੀ ਵਾਪਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵੱਲ ਜਾ ਰਹੇ ਸਨ ਤਾਂ ਉਹਨਾਂ ਨੂੰ ਰਸਤੇ ਵਿੱਚ ਹੀ ਇੱਕ ਪੁਲਿਸ ਅਫਸਰ ਨੇ ਦੱਸਿਆ ਕਿ ਉਹਨਾਂ ਦੀ ਗ੍ਰਿਫਤਾਰੀ ਦੇ ਬਰਾਂਟ ਆ ਚੁੱਕੇ ਹਨ ਅਤੇ ਉਹ ਛੇਤੀ ਤੋਂ ਛੇਤੀ ਤਿਆਰ ਹੋ ਜਾਣ। ਇਸ ਪਰ ਸਰਦਾਰ ਜੀ ਇਸ਼ਨਾਨ ਆਦ ਕਰਕੇ ਕੋਈ ਅੱਧੇ ਘੰਟੇ ਪਿੱਛੋਂ ਗ੍ਰਿਫਤਾਰੀ ਦੇਣ ਲਈ ਹੇਠਾਂ ਆ ਗਏ ਤੇ ਉਹਨਾਂ ਨੇ ਪੰਜਾਬੀ ਸੂਬਾ ਜਿੰਦਾਬਾਦ ਤੇ ਨਾਅਰੇ ਲਾਉਂਦੇ ਹੋਏ ਗ੍ਰਿਫਤਾਰੀ ਦਿੱਤੀ। ਪੁਲਿਸ ਉਹਨਾਂ ਨੂੰ ਇਸ ਜੀਪ ਵਿੱਚ ਬਿਠਾ ਕੇ ਜੇਲ੍ਹ ਲੈ ਗਈ। ਬਾਬਾ ਹਰਕ੍ਰਿਸ਼ਨ ਸਿੰਘ ਜੀ ਨੂੰ ਇਸ ਤੋਂ ਪਹਿਲਾਂ ਹੀ ਪੁਲਿਸ ਜੀਪ ਵਿੱਚ ਬਿਠਾ ਕੇ ਜੇਲ੍ਹ ਪਹੁੰਚਾ ਚੁੱਕੀ ਸੀ। ਸਰਦਾਰ ਗਿਆਨ ਸਿੰਘ ਜੀ ਰਾੜੇਵਾਲ ਵਾਲਾ ਇਸ ਸਮੇਂ ਤੱਕ ਅੰਮ੍ਰਿਤਸਰ ਪਹੁੰਚ ਚੁੱਕੇ ਸਨ। ਗ੍ਰਿਫਤਾਰੀ ਤੋਂ ਪਹਿਲਾਂ ਬਾਬਾ ਜੀ ਨੇ ਉਹਨਾਂ ਨੂੰ ਆਪਣੀ ਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਕੇ ਚਾਰਜ ਉਹਨਾਂ ਦੇ ਹਵਾਲੇ ਕੀਤਾ ਅਤੇ ਜੇਲ੍ਹ ਚਲੇ ਗਏ। ਚੀਫ ਖਾਲਸਾ ਦਵਾਨ ਚੀਫ ਖਾਲਸਾ ਦਵਾਨ ਨਰਮ ਸਿੱਖਾਂ ਦੀ ਜਮਾਤ ਅਤੇ ਇਸ ਤੋਂ ਪਹਿਲਾਂ ਉਸ ਬਲ ਕਦੇ ਕਿਸੇ ਰਾਜਸੀ ਮੋਰਚੇ ਨਾਲ ਹਮਦਰਦੀ ਨਹੀਂ ਸੀ ਕੀਤੀ ਗਈ। ਪ੍ਰੰਤੂ ਇਸ ਪਰੋ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਆਜ਼ਾਦੀ ਦੇ ਇਸ ਮੋਰਚੇ ਨਾਲ ਹਮਦਰਦੀ ਪ੍ਰਗਟ ਕਰਨ ਤੋਂ ਨਹੀਂ ਰਹਿ ਸਕਿਆ। ਉਸ ਨੇ ਇੱਕ ਮਤਾ ਪਾਸ ਕਰਕੇ ਨਾਰਿਆਂ ਤੇ ਪਾਬੰਦੀ ਨੂੰ ਨਜਾਇਜ਼ ਘਰਾਰ ਦਿੱਤਾ ਅਤੇ ਸੱਚਰ ਸਰਕਾਰ ਤੋਂ ਉਹਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। 4 ਜੁਲਾਈ ਦੇ ਪੁਲਿਸ ਹਤਿਆਚਾਰ ਤੇ ਵਿਰੋਧਤਾ ਜੀਪ ਖਾਲਸਾ ਦਵਾਨ ਵੱਲੋਂ ਹੀ ਸਖਤੀ ਨਾਲ ਆਵਾਜ਼ ਉਠਾਈ ਗਈ। ਅਤਿ ਦਿਵਾਨ ਦੇ ਜਰਨਲਿਸਟ ਇਕਤਰ ਸਰਦਾਰ ਸੰਤ ਸਿੰਘ ਜੀ ਇੱਕ ਡੈਪੂਟੇਸ਼ਨ ਲੈ ਕੇ ਦਿੱਲੀ ਗਏ ਅਤੇ ਸਰਕਾਰ ਹਿੰਦ ਦੇ ਜ਼ਿੰਮੇਵਾਰਾਂ ਨੂੰ ਮਿਲ ਕੇ ਇਹਨਾਂ ਅਤਿਆਚਾਰਾਂ ਦੀ ਪੜਤਾਲ ਦੀ ਮੰਗ ਕੀਤੀ। ਉਹਨਾਂ ਨੇ ਪੁਲਿਸ ਦੇ ਅਤਿਆਚਾਰੀ ਨਜ਼ਾਰਿਆਂ ਦੀ ਫੋਟੋ ਉਹਨਾਂ ਜ਼ਿੰਮੇਵਾਰਾਂ ਦੇ ਸਾਹਮਣੇ ਰੱਖੀ ਅਤੇ ਅਖਬਾਰਾਂ ਨੂੰ ਵੀ ਭੇਜੀ। ਮਤਲਬ ਇਹ ਕਿ ਚੀਪ ਖਾਲਸਾ ਦਿਵਾਨ ਨੇ ਜੇਕਰ ਇਸ ਮੋਰਚ ਵਿੱਚ ਸਰਕਾਰ ਵੀ ਨਾਲ ਹਿੱਸਾ ਨਹੀਂ ਲਿਆ ਤਾਂ ਇਸ ਨਾਲ ਹਮਦਰਦੀ ਜ਼ਰੂਰ ਪ੍ਰਗਟ ਕੀਤੀ। ਅਤੇ ਕੌਮ ਵੱਲੋਂ ਇਸ ਦਾ ਕ੍ਰੈਡਿਟ ਉਸ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਇਸ ਮਤੇ ਦੀ ਮੁਖਾਲਫਤ ਕਰਦਿਆਂ ਉਜਲ ਸਿੰਘ ਨੇ ਚੀਪ ਖਾਲਸਾ ਦਵਾਨ ਤੋਂ ਅਸਤੀਫਾ ਦੇ ਦਿੱਤਾ ਉਜਲ ਸਿੰਘ ساری ਉਮਰ ਸਿੱਖਾਂ ਦੀ ਮੁਖਾਲਫਤ ਦਾ ਖੱਟਿਆ ਖਾਂਦਾ ਰਿਹਾ ساری ਸਿੱਖ ਕੌਮ ਤੜਫੁੱਟੀ 4 ਜੁਲਾਈ ਨੂੰ ਡਿਪਟੀ ਇੰਸਪੈਕਟਰ ਜਰਨਲ ਅਸ਼ਬਨੀ ਕੁਮਾਰ ਦੀ ਅਗਵਾਈ ਹੇਠ ਸੱਤਰ ਸਰਕਾਰ ਦੀ ਪੁਲਿਸ ਨੇ ਸ੍ਰੀ ਮਨਜੀਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਦੀ ਜੋ ਕੋਰ ਬੇਅਦਬੀ ਕੀਤੀ ਅਸਨਾਲ ਸਾਰੀ ਸਿੱਖ ਕੌਮ ਤੜਫੋੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ 바ਵਾ ਹਰਕ੍ਰਿਸ਼ਨ ਸਿੰਘ ਨੇ ਐਲਾਨ ਕੀਤਾ ਕਿ ਇਸ ਬੇਅਦਬੀ ਦੀ ਤਲਾਫੀ ਕਰਾਈ ਜਾਵੇਗੀ 바ਵਾ ਜੀ ਦੀ ਗ੍ਰਿਫਤਾਰੀ ਪਿਛੋਂ ਜਲ ਸਰਦਾਰ ਗਿਆਨ ਸਿੰਘ ਰਾੜੇਵਾਲ ਨੇ ਪ੍ਰਧਾਨਗੀ ਸੰਭਾਲੀ ਤਾਂ ਉਹਨਾਂ ਨੇ ਕਿਹਾ ਕਿ ਇਸ ਬੇਅਦਬੀ ਨੂੰ ਕਿਸੇ ਹਾਲਤ ਵਿੱਚ ਨਹੀਂ ਸਹਾਰਿਆ ਜਾਵੇਗਾ ਅਤੇ ਲੋੜ ਪੈਣ 'ਤੇ ਮੋਰਚਾ ਵੀ ਲਾਇਆ ਜਾਵੇਗਾ ਜਿਹੜਾ ਕਿ ਸਾਡਾ ਨਰੋਲ ਧਾਰਮਿਕ ਮੋਰਚਾ ਹੋਵੇਗਾ ਮਹਾਤਮਾ ਮਦਾਨ ਵਿੱਚ ਸਿੱਖ ਕੌਮ ਦੇ ਉਹ ਮਹਾਤਮਾ ਜੋ ਵਾਹਿਗੁਰੂ ਦੀ ਭਗਤੀ ਤੇ ਉਸਾਰੀ ਪੰਥਕ ਕਮਾਂ ਵਿੱਚ ਲੱਗੇ ਰਹਿੰਦੇ ਹਨ ਸ੍ਰੀ ਦਰਬਾਰ ਸਾਹਿਬ ਦੀ ਬੇਇੱਜ਼ਤੀ ਦੀ ਖ਼ਬਰ ਸੁਣਦੇ ਹੀ ਮੋਰਚੇ ਦੇ ਮੈਦਾਨ ਵਿੱਚ ਕੁੱਦ ਪਏ ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਹੁਣ ਜਦ ਸਾਡੇ ਧਰਮ ਸਥਾਨ ਵੀ ਮਹਿਫੂਜ਼ ਨਹੀਂ ਤਾਂ ਬਾਹਰ ਸਾਡਾ ਕੋਈ ਕੰਮ ਨਹੀਂ ਰਹਿ ਗਿਆ ਭਜਨ ਸਿਮਰਨ ਹੁਣ ਅਸੀਂ ਜੇਲ੍ਹ ਵਿੱਚ ਜਾ ਕੇ ਹੀ ਕਰਾਂਗੇ ਇਹ ਐਲਾਨ ਕਰਕੇ ਬੇਗਿਣਤ ਸਿੰਘਾਂ ਨੂੰ ਨਾਲ ਲੈ ਕੇ ਬਾਬਾ ਭਗਵਾਨ ਸਿੰਘ ਰੇਰੂ ਵਾਲੇ ਬਾਬਾ ਗੁਰਵਚਨ ਸਿੰਘ ਬਾਹੂ ਮਾਜਰਾ ਵਾਲੇ ਬਾਬਾ ਆਨੰਦ ਸਿੰਘ ਪਵਾਲਾ ਬਾਬਾ ਵਜਨ ਸਿੰਘ ਪਿੰਡਰਾਵਾਲੇ ਅਤੇ ਬਹੁਤ ਸਾਰੇ ਹੋਰ ਸੰਤ ਮਹਾਤਮਾ ਅੰਮ੍ਰਿਤਸਰ ਪਹੁੰਚ ਗਏ ਅਤੇ ਉਹਨਾਂ ਵਿੱਚੋਂ ਹਰ ਇੱਕ ਨੇ 10-10000 ਵਲੰਟੀਅਰ ਮੋਰਚੇ ਲਈ ਦੇਣੇ ਕਹੇ ਤੇ ਕਿਹਾ ਕਿ ਗੁਰਧਾਮਾਂ ਦੀ ਬੇਅਦਬੀ ਕਰਨ ਵਾਲਿਆਂ ਦੀ ਨਾਨੀ ਚੇਤੇ ਕਰਾ ਦੇਾਂਗੇ ਇਨਾਂ ਤੋਂ ਇਲਾਵਾ ਬੀਕਾਨੇਰ ਦੇ ਤਿੰਨ ਪ੍ਰਸਿੱਧ ਮਹਾਤਮਾ ਬਾਬਾ ਚੰਨਣ ਸਿੰਘ ਬਾਬਾ ਫਤੇ ਸਿੰਘ ਅਤੇ ਸਰਦਾਰ ਰਗਵੀਰ ਸਿੰਘ ਪਹਿਲਾਂ ਹੀ ਇਸ ਤਰ੍ਹਾਂ ਦਾ ਐਲਾਨ ਕਰਕੇ ਮੈਦਾਨ ਵਿੱਚ ਆ ਚੁੱਕੇ ਸਨ ਅਤੇ ਬਾਬਾ ਸੰਤੋਖ ਸਿੰਘ ਰੋਪੜ ਵੀ ਜਥੇ ਸਮੇਤ ਗ੍ਰਿਫਤਾਰ ਹੋ ਚੁੱਕੇ ਸਨ ਇਨਾਂ ਮਹਾਤਮਾਾਂ ਦੇ ਮੈਦਾਨ ਵਿੱਚ ਆਉਣ ਨਾਲ ਸੱਚਾ ਸਰਕਾਰ ਦੀ ਪਰੇਸ਼ਾਨੀ ਤੇ ਘਬਰਾਹਟ ਵਿੱਚ ਹੋਰ ਵਾਧਾ ਹੋ ਗਿਆ ਮੰਜੀ ਸਾਹਿਬ ਦੇ ਜ਼ੁਬਾਨ ਵਿੱਚ ਬਾਬਾ ਭਗਵਾਨ ਸਿੰਘ ਹੋਰਾਂ ਤਕਰੀਰ ਕਰਦੇ ਹੋਏ ਕਿਹਾ ਕਿ ਜਦ ਤੱਕ ਅਸੀਂ ਇਸ ਮੋਰਚੇ ਨੂੰ ਫਤੇ ਨਹੀਂ ਕਰ ਲੈਂਦੇ ਵਾਪਸ ਨਹੀਂ ਜਾਵਾਂਗੇ ਪਿੰਡਰਾਂ ਵਾਲੇ ਸੰਤਾਂ ਨੇ ਕਿਹਾ ਅਸੀਂ ਗੁਰੂ ਘਰਾਂ ਦੇ ਪ੍ਰਚਾਰਕਾਂ ਅਤੇ ਹੁਣ ਜਦ ਪਾਣੀ ਸਿਰ ਤੋਂ ਦੀ ਲੰਘ ਗਿਆ ਹੈ ਐਸਲੀ ਕੁਰਬਾਨੀ ਦੇਣ ਲਈ ਆ ਗਏ ਹਾਂ ਇਨ੍ਹਾਂ ਮਹਾਤਮਾ ਦੇ ਨਾਲ ਹੀ ਸਿੱਖ ਕੌਮ ਦੇ ਅਕਾਲੀ ਦਲ ਨਾਲ ਮਤਭੇਦ ਰੱਖਣ ਵਾਲੇ ਲੋਕਾਂ ਨੇ ਵੀ ਮੋਰਚੇ ਵਿੱਚ ਆਉਣ ਦੀ ਪੇਸ਼ਕਸ਼ ਸ਼ੁਰੂ ਕਰ ਦਿੱਤੀ ਜਿੰਨਾਂ ਵਿੱਚ ਕੁਝ ਵੱਡੇ-ਵੱਡੇ ਕਾਂਗਰਸੀ ਵੀ ਦੱਸੇ ਜਾਂਦੇ ਹਨ ਪੈਪਸੂ ਤੇ ਪੰਜਾਬ ਅਸੈਂਬਲੀ ਕਾਂਗਰਸ ਪਾਰਟੀ ਦੇ ਕੁਝ ਮੈਂਬਰਾਂ ਵੱਲੋਂ ਵੀ ਸੇਵਾ ਅਕਾਲੀ ਹਾਈ ਕਮਾਂਡ ਦੇ ਹਵਾਲੇ ਕਰ ਦਿੱਤੀ ਗਈ। ਗੱਲ ਕੀ ਇਸ ਬੇਆਦਬੀ ਨੇ ਇੱਕ ਅੱਗ ਜਹੀ ਲਾ ਕੇ ਸਾਰੀ ਕੌਮ ਨੂੰ ਤੜਫਾ ਦਿੱਤਾ। ਅਤੇ ਉਸ ਨੇ ਮੋਰਚੇ ਵਿੱਚ ਕੁਦਣ ਲਈ ਬਹੀਰਾਂ ਘੱਟ ਕੇ ਅੰਮ੍ਰਿਤਸਰ ਵੱਲ ਆਉਣਾ ਸ਼ੁਰੂ ਕਰ ਦਿੱਤਾ। ਸੱਚਰ ਸਰਕਾਰ ਦੇ ਪਾਪ ਕੰਬ ਉੱਠੇ ਅਤੇ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੋਰਚਾ ਫਤਿਹ ਹੋ ਗਿਆ। ਇੱਕ ਪਾਸੇ 4 ਜੁਲਾਈ ਦੇ ਤੱਕ ਇਹਨੇ ਸਾਰੀ ਸਿੱਖ ਕੌਮ ਨੂੰ ਮੋਰਚੇ ਵਾਲੇ ਪਾਸੇ ਖਿੱਚ ਲਿਆ ਅਤੇ ਦੂਜੇ ਪਾਸੇ ਸੱਜਰ ਸਰਕਾਰ ਤੇ ਉਸ ਦੀ ਪੁਲਿਸ ਨੇ ਲੂੰਬੜਚਾਲਾ ਦਾ ਮੈਦਾਨ ਛੱਡਣਾ ਸ਼ੁਰੂ ਕਰ ਦਿੱਤਾ। ਕਿਰਪਤਾਰੀਆਂ ਦਾ سلسلہ ਖਬਰੇ ਅਸਲੀ ਬੰਦ ਕਰ ਦਿੱਤਾ ਗਿਆ ਸੀ ਕਿ ਐਸਨੂੰ ਹੀ ਅਕਾਲੀ ਦਲ ਆਪਣੀ ਜੱਤ ਸਮਝ ਕੇ ਜੱਥੇ ਭੇਜਣੇ ਬੰਦ ਕਰ ਦੇਵੇਗਾ। ਤੇ ਸਰਕਾਰ ਇਹ ਕਹਿ ਕੇ ਅਕਾਲੀ ਦਲ ਨੇ ਮੋਰਚਾ ਖਤਮ ਕਰ ਦਿੱਤਾ। ਪਵੰਦੀ ਵਾਪਸ ਲੈ ਲਈ। ਗ੍ਰਫਤਾਰੀਆਂ ਨਾ ਕਰਨ ਸਬੰਧੀ ਵੀ ਅਜੀਬ ਹਾਸੋਹੀਣੀਆਂ ਗੱਲਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੇ ਸੁਪਰਡੈਂਟ ਪੁਲਿਸ ਕਰਨ ਲੱਗੇ। ਉਹਨਾਂ ਕਿਹਾ ਗ੍ਰਫਤਾਰੀਆਂ ਇਸ ਲਈ ਨਹੀਂ ਕੀਤੀਆਂ ਜਾਂਦੀਆਂ ਕਿ ਅਕਾਲੀ ਜਥੇ ਸ਼੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਤੰਗ ਗਲੀਆਂ ਵਿੱਚ ਫਿਰਦੇ ਹਨ ਅਤੇ ਪੁਲਿਸ ਡਰਦੀ ਹੈ ਕਿ ਗ੍ਰਫਤਾਰੀ ਕੀਤੀਆਂ ਤਾਂ ਉਸ ਨੂੰ ਇੱਟਾਂ ਪੱਥਰ ਮਾਰੇ ਜਾਣਗੇ। ਅਜੀਬ ਗੱਲ ਸੀ ਇਹ ਕਿ ਜਿਸ ਤਾਂ ਪੁਲਿਸ 2 ਮਹੀਨੇ ਗ੍ਰਫਤਾਰੀਆਂ ਕਰਦੀ ਰਹੀ ਉਹਨਾਂ ਉਸ ਨੂੰ ਪੀੜੀਆਂ ਗਲੀਆਂ ਦੱਸਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਦਾ ਪ੍ਰਪਾਗੈਂਡਾ ਕਾਂਗਰਸੀ ਤੇ ਆਰਿਆ ਸਮਾਜੀ ਅਖਬਾਰਾਂ ਵਿੱਚ ਬੜੇ ਜ਼ੋਰ ਨਾਲ ਕਰਾਇਆ ਗਿਆ ਕਿ ਆਕਾਲੀ ਹੁਣ ਦਰਬਾਰ ਸਾਹਿਬ ਦੇ ਇਲਾਕੇ ਵਿੱਚੋਂ ਨਿਕਲਦੇ ਨਹੀਂ ਹਾਲਾਂਕਿ ਉਹ ਚੌਕ ਬਾਬਾ ਸਾਹਿਬ ਚੌਕ ਕਰੋੜੀ ਚੌਕ ਮੰਨਾ ਸਿੰਘ ਤੇ ਚੌਕ ਪਰਾਗ ਦਾਸ ਦਾ ਕੋਈ ਮੀਲ ਭਰ ਦਾ ਚੱਕਰ ਕੱਟ ਕੇ ਮੁੜਦੇ ਸਨ ਸਤਿਆਗ੍ਰਹੀ ਜਥੇ ਬਰਾਬਰ ਨਿਕਲਦੇ ਰਹੇ 8 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੰਦਾ ਸਿੰਘ ਦੀ ਜਥੇਦਾਰੀ ਹੇਠਾਂ 53 ਸੱਤਿਆਗ੍ਰਹੀਆਂ ਦੇ ਨਾਰੇ ਲਾਉਂਦੇ ਹੋਏ ਬਾਜ਼ਾਰ ਵਿੱਚ ਮਾਰਚ ਕੀਤਾ 9 ਜੁਲਾਈ ਨੂੰ ਮਾਈ ਭਾਗੋ ਦਿਨ ਮਨਾਉਣ ਦਾ ਐਲਾਨ ਹੋ ਚੁੱਕਿਆ ਸੀ ਅਤੇ ਇਸ ਦਿਨ ਕੇਵਲ ਬੀਬੀਆਂ ਨੇ ਸੱਤਿਆਗ੍ਰਹਿ ਕਰਨਾ ਸੀ ਐਸਲੀ ਬੀਬੀਆਂ ਗੁਰਦਿਆਲਕ ਔਰ ਕਲਕੱਤਾ ਦੀ ਜਥੇਦਾਰੀ ਹੇਠਾਂ 139 ਬੀਬੀਆਂ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਲਾਉਂਦੀਆਂ ਨਿਕਲੀਆਂ ਅਤੇ ਉਕਤ ਇੱਕ ਮੀਲ ਦੇ ਧਾਰੇ ਵਿੱਚ ਚੱਕਰ ਲਾ ਕੇ ਵਾਪਸ ਆ ਗਈਆਂ ਪ੍ਰੰਤੂ ਪੁਲਿਸ ਨੇ ਉਸ ਦਿਨ ਵੀ ਕੋਈ ਗ੍ਰਿਫਤਾਰੀ ਨਾ ਕੀਤੀ ਇਨ੍ਹਾਂ ਬੀਬੀਆਂ ਦੇ ਸਤਿਆਗ੍ਰਹਿ ਵਿੱਚ ਗੰਗਾ ਨਗਰ ਦੀ ਬੀਬੀ ਜਵਾਲਾ ਕੌਰ ਕਾਨਪੁਰ ਦੀ ਬੀਬੀ ਹਕਮ ਕੌਰ ਫਿਰੋਜ਼ਪੁਰ ਦੀ ਬੀਬੀ ਪ੍ਰਤਾਪ ਕੌਰ ਸੰਗਰੂਰ ਦੀ ਬੀਬੀ ਸ਼ਾਮ ਕੌਰ ਅੰਮ੍ਰਿਤਸਰ ਦੀ ਬੀਬੀ ਇੰਦਰ ਕੌਰ ਦਿੱਲੀ ਦੀ ਬੀਬੀ ਹਰਨਾਮ ਕੌਰ ਆਪਣੇ ਆਪਣੇ ਜਥੇ ਸਮੇਤ ਸ਼ਾਮਲ ਹੋਈਆਂ ਇੱਕ ਬੀਬੀ ਸਰਜੀਤ ਕੌਰ ਆਪਣੇ 4 ਬੱਚਿਆਂ ਸਮੇਤ ਮੋਰਚੇ ਵਿੱਚ ਗਈ ਕੁੱਲ 15 ਬੱਚੇ ਨਾ ਬੀਬੀਆਂ ਦੇ ਨਾਲ ਸਨ ਦਾਸ ਜਿ ਲਈ ਨੂੰ ਮੋਰਚੇ ਦਾ ਇੱਕ ਹੋਰ ਹੰਗਾਮੀ ਦਿਨ ਮਨਾਇਆ ਜਾਣਾ ਸੀ ਐਸ ਲਈ ਸਿੰਘ ਭਾਰੀ ਗਿਣਤੀ ਵਿੱਚ ਇਸ ਵਿੱਚ ਸ਼ਾਮਲ ਹੋਣ ਲਈ ਪਹੁੰਚ ਚੁੱਕੇ ਸਨ ਈਸੇ ਦਿਨ ਪੈਪਸੂ ਵਿੱਚੋਂ ਸਰਦਾਰ ਨੀ ਮਨਮੂਨ ਕੌਰ ਰਾੜੇਵਾਲ ਐਮ ਐਲ ਏ 150 ਦਾ ਜੱਥਾ ਲੈ ਕੇ ਪਹੁੰਚ ਚੁੱਕੇ ਸੀ ਸਰਦਾਰ ਕਰਤਾਰ ਸਿੰਘ ਧਵਾਨਾ ਤੇ ਪੈਪਸੂ ਦੇ ਕੁਝ ਹੋਰ ਸ਼ਹਿਰ ਕਰਦਾ ਲੀਟਰ ਵੀ ਪੁੱਜੇ ਹੋਏ ਸਨ ਐਸਨ ਜਦ ਸਰਦਾਰ ਨੀ ਮਨਮੂਨ ਕੌਰ ਨੇ ਦਵਾਨ ਵਿੱਚ ਆ ਕੇ ਸੰਖੇਪ ਜਈ ਤਕਰੀਰ ਕੀਤੀ ਦਸਾਂਗਤਾਂ ਵਿੱਚ ਨਵਾਂ ਜੋਸ਼ ਪੈਦਾ ਹੋ ਗਿਆ ਪੈਪਸੂ ਦੇ ਨੌਜਵਾਨ ਅਕਾਲੀ ਲੀਡਰ ਗਿਆਨੀ ਮੋਹਣ ਸਿੰਘ ਰੰਗ ਤੇ ਭਾਈ ਹਰਨਾਮ ਸਿੰਘ ਗੁਜਰਖਾਨੀ ਮੋਰਚੇ ਦਾ ਕੰਮ ਕਰਨ ਲਈ ਹਾਈ ਕਮਾਂਡ ਦੇ ਸੱਦੇ ਪਰ ਪਹਿਲਾਂ ਹੀ ਅੰਮ੍ਰਿਤਸਰ ਪਹੁੰਚ ਚੁੱਕੇ ਸਨ ਤੇ ਉਹਨਾਂ ਨੇ ਮੋਰਚੇ ਦੀ ਸਫਲਤਾ ਲਈ ਬੜਾ ਸਲਾਂਗਾ ਜੋ ਕੰਮ ਕੀਤਾ ਅੰਮ੍ਰਿਤਸਰ ਦੇ ਮੋਰਚੇ ਵਿੱਚ ਉਸ ਦਿਨ ਮਾਸਟਰ ਤਾਰਾ ਸਿੰਘ ਜੀ ਸ਼ਾਂਤ ਜੰਮੂ ਦੀ ਜ਼ਥੇਦਾਰੀ ਹੇਠ 261 ਸਿੰਘਾਂ ਨੇ ਨਿਯਤ ਬਾਜ਼ਾਰ ਵਿੱਚੋਂ ਦੀ ਮਾਰਚ ਕਰਦੇ ਆਂ ਨਾਰੇ ਲਾਏ ਪਰੰਤੂ ਪੁਲਿਸ ਦੀ ਇਕੱਠੀ ਹੋਈ ਭਾਰੀ ਗਿਣਤੀ ਉਸ ਦਿਨ ਵੀ ਪਹਿਲਾਂ ਵਾਂਗ ਹੀ ਤਮਾਸ਼ਾ ਵੇਖਦੀ ਰਹੀ ਅਤੇ ਉਸ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਇੱਧਰ ਅੰਮ੍ਰਿਤਸਰ ਤਾਂ 10 ਜੁਲਾਈ ਨੂੰ ਪੁਲਿਸ ਤਮਾਸ਼ਾ ਵੇਖਦੀ ਰਹੀ ਪਰੰਤੂ ਜਦ ਏਸੇ ਰਾਤ ਲੁਧਿਆਣੇ ਵਿੱਚ ਮੋਰਚੇ ਦੇ ਨਗਾਰੇ ਪਰ ਚੋਟ ਲੱਗੀ ਤਾਂ ਪੁਲਿਸ ਪਕੜ ਤਕੜ ਲਈ ਅੱਗੇ ਆ ਗਈ ਗੁਰਦੁਆਰਾ ਕਨਗੀ ਧਰ ਸਿੰਘ ਸਵਾ ਲੁਧਿਆਣੇ ਵਿਚੇ ਭਾਰੀ ਦੀਵਾਨ ਸਜਿਆ ਅਤੇ ਸਰਦਾਰ ਸ਼ਮਸ਼ੇਰ ਸਿੰਘ ਐਮ ਐਲ ਏ ਦੀ ਕਮਾਨ ਹੇਠ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਲਾਉਂਦੇ ਹੋਏ ਮੈਦਾਨ ਵਿੱਚ ਆਏ ਅਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ 600 ਗ੍ਰਿਫਤਾਰੀਆਂ 11 ਜੁਲਾਈ ਨੂੰ ਅਕਾਲੀ ਹਾਈ ਕਮਾਂਡ ਨੇ ਸੱਚਰ ਸਰਕਾਰ ਤੇ ਉਸ ਦੀ ਪੁਲਿਸ ਦੀ ਇਸ ਲੂੰਬੜ ਚਾਲ ਦਾ ਉੱਤਰ ਦੇਣ ਦਾ ਵੀ ਫੈਸਲਾ ਕਰ ਲਿਆ ਕਿ ਜਿਸ ਦੁਆਰਾ ਉਹ ਗ੍ਰਿਫਤਾਰੀਆਂ ਨਹੀਂ ਕਰਦੀ ਸੀ ਅਤੇ ਪ੍ਰਪਗੈਂਡਾ ਇਹ ਕਰਾਉਂਦੀ ਸੀ ਕਿ ਅਕਾਲੀ ਸੱਤਿਆਗ੍ਰਹੀ ਤਿਰਫਤਾਰੀਆਂ ਤੋਂ ਬਚਣ ਲਈ ਦਰਬਾਰ ਸਾਹਿਬ ਦੇ ਆਲੇ-ਦੁਆਲੇ ਤੰਗ ਗਲੀਆਂ ਵਿੱਚ ਚੱਕਰ ਕੱਟ ਕੇ ਨਾਰੇ ਲਾ ਕੇ ਮੁੜ ਜਾਂਦੇ ਹਨ। ਰੋਮਣੀ ਅਕਾਲੀ ਦਲ ਦੇ ਸਖਤਰ ਗਿਆਨੀ ਅਜਮੇਰ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਅਤੇ ਸੁਪਰਡੈਂਟ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਕਿ ਅੱਜ ਸਾਡੇ ਸੱਤਿਆਗ੍ਰਹੀ ਜਥੇ ਆਰਾਮਸਰ ਰੋਡ ਦੇ ਰਾਸਤੇ ਮਾਰਚ ਕਰਕੇ ਸਰਕੂਲਰ ਰੋਡ ਪਰ ਪੁੱਜਣਗੇ ਅਤੇ ਥਾਣੇ ਵੱਲ ਮਾਰਚ ਕਰਨਗੇ। ਤਾ ਜੋ ਤੁਹਾਡਾ ਇਹ ਲਾਂਬਾ ਲਾਅ ਦਿੱਤਾ ਜਾਵੇ ਕਿ ਅਕਾਲੀ ਜਥੇ ਖੁੱਲੀ ਥਾਂ ਨਹੀਂ ਆਉਂਦੇ ਇਹ ਦਿਨ ਮੋਰਚੇ ਦਾ ਇੱਕ ਖਾਸ ਹੰਗਾਮੀ ਦਿਨ ਸੀ ਸਤਿਆਗ੍ਰਹਿਿਆਂ ਦੀ ਕਮਾਨ ਇਸ ਦਿਨ ਮੋਰਚੇ ਦੇ 7ਵੇਂ ਡਿਕਟੇਟਰ ਸਰਦਾਰ ਪ੍ਰੀਤਮ ਸਿੰਘ ਮੋਫਰ ਐਮਐਲਏ ਨੇ ਖੁਦ ਸੰਭਾਲੀ ਤੇ ਚਾਰ-ਚਾਰ ਦੇ ਗਰੁੱਪਾਂ ਵਿੱਚ ਜਾ ਕੇ 600 ਬਲੰਟੀਅਰਸ ਨੇ ਨਾਰੇ ਲਾਉਂਦੇ ਹੋਏ ਦਰਬਾਰ ਸਾਹਿਬ ਵਿੱਚੋਂ ਸ਼ਹਿਰ ਦੀ ਪੂਰਬੀ ਵਾਹੀ ਵੱਲ ਮਾਰਚ ਸ਼ੁਰੂ ਕਰ ਦਿੱਤਾ ਇਸ ਨਜ਼ਾਰੇ ਨੂੰ ਵੇਖਣ ਵਾਸਤੇ ਸਾਰਾ ਸ਼ਹਿਰ ਉਮੜਾਇਆ। ਰਾਮਸਰ ਰੋਡ ਤੇ ਸਰਕੂਲਰ ਰੋਡ ਦੇ ਮੋੜ ਤੇ ਸੈਂਕੜੇ ਸਿਪਾਹੀ ਅਤੇ ਸਾਰੇ ਦੇ ਸਾਰੇ ਪੁਲਿਸ ਤੇ ਐਡਮਿਨਿਸਟ੍ਰੇਟਿਵ ਅਫਸਰ ਦਰਜਣਾ ਮੋਟਰ ਗੱਡੀਆਂ ਤੇ ਟਰੱਕਾਂ ਸਮੇਤ ਖੜੇ ਸਨ। ਇਸ ਮੋੜ ਤੇ 15000 ਦੇ ਕਰੀਬ ਲੋਕ ਇਕੱਠੇ ਹੋਏ ਹੋਏ ਸਨ। 4 ਦਿਨ ਦੇ ਬਕਪੇ ਪਿਛੋਂ ਮਹਾਸ਼ਾ ਅਸ਼ਵਨੀ ਕੁਮਾਰ ਦੀ ਪੁਲਿਸ ਨੇ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ। ਸ਼ਾਮ 6 ਵਜੇ ਤੋਂ 7:30 ਵਜੇ ਤੱਕ ਸ਼ੇਸਾ ਸੰਗਰਪਤਾਰ ਕੀਤੇ ਗਏ ਇਨ੍ਹਾਂ ਗ੍ਰਿਫਤਾਰੀਆਂ ਨਾਲ ਸਿੱਖਾਂ ਵਿੱਚ ਖੁਸ਼ੀ ਤੇ ਜੋਸ਼ ਦੀ ਇੱਕ ਨਵੀਂ ਲਹਿਰ ਪੈਦਾ ਹੋਈ ਪਿਛਲੇ 4 ਦਿਨਾਂ ਵਿੱਚ ਸਿੱਖ ਉਦਾਸ ਜਹੇ ਹੋਏ ਫਿਰਦੇ ਸਨ ਕਿਉਂਕਿ ਉਹ ਗ੍ਰਿਫਤਾਰੀਆਂ ਦੇਣਾ ਚਾਹੁੰਦੇ ਸਨ ਪਰ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਸੀ ਗ੍ਰਿਫਤਾਰੀਆਂ ਦਾ ਸਿਲਸਿਲਾ ਫੇਰ ਸ਼ੁਰੂ ਹੋਣ ਨਾਲ ਸਿੱਖਾਂ ਦੇ ਹੌਸਲੇ ਫਿਰ ਬਲੰਦ ਹੋ ਗਏ ਸੱਤਰ ਨੇ ਹਥਿਆਰ ਸੁੱਟ ਦਿੱਤੇ 12 ਜੁਲਾਈ ਨੂੰ 250 ਬਲਾਂਟੀਅਰ ਸਰਦਾਰ ਗੁਰਪ੍ਰੀਤ ਸਿੰਘ ਫਤੇਗੜ ਦੀ ਕਮਾਨ ਹੇਠਾਂ ਮੋਰਚੇ ਦੇ ਮੈਦਾਨ ਵਿੱਚ ਨਿਕਲੇ। ਇਹਨਾਂ ਵਿੱਚ 104 ਬੀਬੀਆਂ ਵੀ ਸਨ। ਪਹਿਲੀ ਵਾਰ ਇੱਕ ਮੁਸਲਮਾਨ ਸੱਜਣ ਚੌਧਰੀ ਉਮਰਦੀਨ ਪਿੰਡ ਨੰਦਾ ਜ਼ਿਲ੍ਹਾ ਫਤੇਗੜ ਵੀ ਇਸ ਦਿਨ ਦੇ ਸੱਤਿਆਗ੍ਰਹਿ ਵਿੱਚ ਸ਼ਾਮਲ ਹੋਏ। ਕੋਟਕਪੂਰੇ ਦੇ ਦੋ ਸਮੁੱਚੇ ਪਰਿਵਾਰ ਵੀ ਇਸ ਦਿਨ ਦੇ ਜਥਿਆਂ ਵਿੱਚ ਸ਼ਾਮਲ ਸਨ ਅਤੇ ਅਕਾਲ ਤਖਤ ਤੇ ਅਰਦਾਸਾ ਕਰਕੇ ਸਰੂਪਾ ਲੈ ਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਸੱਤਿਆਗ੍ਰਹੀ ਮੰਜੀ ਸਾਹਿਬ ਦੇ ਦਰਬਾਰ ਵਿੱਚ ਆ ਗਏ। ਅਤੇ ਉੱਥੋਂ ਹਕੂਮਤ ਅਨਸਾਰ ਮੋਰਚੇ ਦਾ ਮਾਰਚ ਸ਼ੁਰੂ ਕਰ ਦਿੱਤਾ। ਇੱਧਰ ਜਦ ਮੋਰਚੇ ਦਾ ਮੈਦਾਨ ਗਰਮ ਹੋ ਗਿਆ ਸੀ, ਤਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗਿਆਨ ਸਿੰਘ ਰਾੜੇਵਾਲਾ ਕਮੇਟੀ ਦੇ ਦਫ਼ਤਰ ਵਿੱਚ ਮੌਜੂਦ ਸਨ। ਕੋਈ 6 ਵਜੇ ਟੈਲੀਫੋਨ ਦੀ ਘੰਟੀ ਵੱਜੀ। ਉਹਨਾਂ ਨੇ ਰੀਸੀਵਰ ਚੁੱਕਿਆ ਤੇ ਸੁਣਿਆ ਅਮਰਸਰ ਦੇ ਡਿਪਟੀ ਕਮਿਸ਼ਨਰ ਬੋਲ ਰਹੇ ਸਨ। ਉਹਨਾਂ ਨੇ ਕਿਹਾ ਸਰਦਾਰ ਜੀ ਮੈਂ ਆਪ ਨੂੰ ਮਿਲਣ ਲਈ ਆਉਣਾ ਚਾਹੁੰਦਾ। ਕਮ ਕਰੋ ਤਾਂ ਆਜਾ ਮ ਇਸ ਸਮੇਂ ਸੱਤਿਆਗ੍ਰਹੀ ਜਥੇ ਮਾਰਚ ਕਰ ਰਹੇ ਹਨ ਇੱਥੇ ਖੂਬ ਭੀੜ ਭੜ ਅਤੇ ਗਰਮੀ ਹੈ ਇਸ ਲਈ ਇਹ ਮੋਰਚਾ ਖਤਮ ਹੋਣ ਪਿਛੋਂ ਆ ਜਾਓ ਰਾੜੇਵਾਲ ਨੇ ਆਖਿਆ ਨਹੀਂ ਜੀ ਮੈਨੂੰ ਆਪ ਨਾਲ ਇਸੇ ਵੇਲੇ ਜਥਾ ਚੱਲਣ ਤੋਂ ਪਹਿਲਾਂ ਗੱਲ ਕਰਨੀ ਹੈ ਡਿਪਟੀ ਕਮਿਸ਼ਨਰ ਦੀ ਆਵਾਜ਼ ਆਈ ਆ ਜਾਓ ਤਦ ਹੁਣੇ ਰਾੜੇਵਾਲ ਨੇ ਕਹਿ ਕੇ ਰিসিਵਰ ਰੱਖ ਦਿੱਤਾ ਇਸ ਪਿਛੋਂ 15 ਮਿੰਟ ਦੇ ਅੰਦਰ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਸੁਪਰਡੈਂਟ ਪੁਲਿਸ ਇੱਕ ਜੀਪ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪੁੱਜੇ ਡੀਸੀ ਨੇ ਆਉਂਦੇ ਆਖਿਆ ਮੈਂ ਆਪ ਲਈ ਇੱਕ ਖੁਸ਼ਖਬਰੀ ਦੇਣ ਆਇਆ ਹਾਂ ਦੱਸੋ ਰਾੜੇਵਾਲ ਨੇ ਕਿਹਾ ਬਹੁਤ ਵੱਡੀ ਖੁਸ਼ਖਬਰੀ ਹੈ ਸਰਦਾਰ ਜੀ ਟੀਸੀ ਨੇ ਕਿਹਾ ਉਹ ਉਸ ਵੇਲੇ ਬੜਾ ਖੁਸ਼ ਨਜ਼ਰ ਆ ਰਿਹਾ ਸੀ ਰਾੜੇਵਾਲ ਨੇ ਅੱਖਾਂ ਦਾ ਸਵਾਲੀਆ ਨਿਸ਼ਾਨ ਬਣਾਉਂਦੇ ਹੋਏ ਆਖਿਆ ਫਿਰ ਦੱਸੋ ਇਹ ਖੁਸ਼ਖਬਰੀ ਦਵਾਨ ਚ ਖਬਰ ਕਰ ਦਿਓ ਕਿ ਜਥੇ ਨਾ ਦੋ ਜੋ ਆ ਰਹੇ ਹਨ ਉਹਨਾਂ ਨੂੰ ਅਟਕਾ ਲਓ ਡੀਸੀ ਨੇ ਆਖਿਆ ਰਾਣੇਵਾਲ ਨੇ ਪੁੱਛਿਆ ਕਿਉਂ ਸਰਕਾਰ ਨੇ ਪੰਡਤ ਨਹਿਰੂ ਦੀ ਰੂਸ ਦੇ ਦੌਰੇ ਤੋਂ ਅਮਲ ਦੇ ਮਿਸ਼ਨ ਨੂੰ ਸਫਲ ਬਣਾਉਣ ਪਿੱਛੋਂ ਵਾਪਸ ਹੋਣ ਪਰ ਸਦ ਭਾਵਨਾ ਪ੍ਰਗਟ ਕਰਨ ਲਈ ਨਾਰਿਆਂ ਤੋਂ ਪਾਬੰਦੀ ਵਾਪਸ ਲੈ ਲਈ ਹੈ ਇਸ ਤੋਂ ਪਿੱਛੋਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਂ ਆਪ ਦਵਾਨ ਵਿੱਚ ਆ ਕੇ ਸੰਗਤ ਨੂੰ ਇੱਕ ਖੁਸ਼ਖਬਰੀ ਦੇਣਾ ਚਾਹੁੰਦਾ ਹਾਂ ਤੇ ਕੁਝ ਬੇਨਤੀਆਂ ਵੀ ਕਰਨੀਆਂ ਚਾਹੁੰਦਾ ਹਾਂ ਸਰਦਾਰ ਗਿਆਨ ਸਿੰਘ ਜੀ ਨੇ ਕਿਹਾ ਸਾਨੂੰ ਕੋਈ ਇਤਰਾਜ਼ ਨਹੀਂ ਇਧਰ ਇਹ ਗੱਲ ਹੋ ਰਹੀ ਸੀ ਤੇ ਉਧਰ ਜਥਿਆਂ ਦਾ ਮਾਰਚ ਸ਼ੁਰੂ ਹੋ ਚੁੱਕਿਆ ਸੀ ਦਵਾਨ ਵਿੱਚ ਇਹ ਖਬਰ ਪਹੁੰਚ ਗਈ ਪਰ ਕਿਸੇ ਨੂੰ ਯਕੀਨ ਨਹੀਂ ਸੀ ਆਉਂਦਾ ਕਿ ਸੱਚਰ ਸਰਕਾਰ ਇੰਨੀ ਛੇਤੀ ਹਥਿਆਰ ਸੁੱਟ ਕੇ ਗੋਡੇ ਟੇਕ ਦੇਵੇਗੀ ਕਿਉਂਕਿ ਇਸ ਤੋਂ 2 ਦਿਨ ਪਹਿਲਾਂ ਹੀ ਸੱਚਰ ਤੇ ਕੈਰੋਂ ਦੋਹਾਂ ਦੇ ਬਿਆਨ ਪ੍ਰੈਸ ਵਿੱਚ ਆਏ ਸਨ ਕਿ ਉਹ ਮੋਰਚੇ ਨੂੰ ਕੁਚਲ ਕੇ ਰੱਖ ਦੇਣਗੇ ਸਟੇਜ ਤੋਂ ਸੰਗਤਾਂ ਨੂੰ ਕਿਹਾ ਗਿਆ ਕਿ ਜਦ ਤੱਕ ਸਰਦਾਰ ਗਿਆਨ ਸਿੰਘ ਰਾੜੇਵਾਲਾ ਦਵਾਨ ਵਿੱਚ ਆ ਕੇ ਨਹੀਂ ਦੱਸਦੇ ਅਫਵਾਹਾਂ ਤੇ ਯਕੀਨ ਨਾ ਕਰੋ ਇਤਨੇ ਨੂੰ ਸਰਕਾਰ ਦੀ ਪਬਲਿਸਿਟੀ ਬੈਨ ਨੂੰ ਸਰਾਂ ਦੀ ਸੜਕ ਤੇ ਇਹ ਐਲਾਨ ਕਰਦੇ ਹੋਏ ਸੁਣਿਆ ਗਿਆ ਕਿ ਨਹਿਰੂ ਦੇ ਰੂਸ ਯਾਤਰਾ ਤੋਂ ਵਾਪਸੀ ਪਰ ਸਤਿ ਭਾਵਨਾ ਦੇ ਤੌਰ ਪਰ ਨਾਰਿਆਂ ਤੋਂ ਪਾਬੰਦੀ ਵਾਪਸ ਲੈ ਲਈ ਗਈ ਹੈ ਸਰਦਾਰ ਗਿਆਨ ਸਿੰਘ ਜੀ ਰਾੜੇਵਾਲਾ ਡਿਪਟੀ ਕਮਿਸ਼ਨਰ ਸਮੇਤ ਬਾਹਰ ਆਏ ਬੇਪਨਾ ਪੀੜ ਦੇਖ ਕੇ ਡਿਪਟੀ ਕਮਿਸ਼ਨਰ ਕਬਰ ਆ ਗਿਆ ਉਸ ਨੂੰ ਅੱਗੇ ਜਾਣ ਦਾ ਹੌਸਲਾ ਨਾ ਪਿਆ ਤੇ ਵਾਪਸ ਚਲਿਆ ਗਿਆ ਰਾੜੇ ਵਾਲਾ ਸਰਦਾਰ ਨੇ ਸਾਰੀ ਗੱਲ ਸੰਗਤ ਨੂੰ ਦੱਸੀ ਹੁਣ ਇਹ ਸਵਾਲ ਸਾਹਮਣੇ ਆਇਆ ਕਿ ਤਿਆਰ ਹੋਏ ਜਥੇ ਮੋਰਚੇ ਵੱਲ ਭੇਜੇ ਜਾਣ ਕਿ ਨਾ ਫੈਸਲਾ ਹੋਇਆ ਕਿ ਕਿਉਂਕਿ ਅਰਦਾਸਾ ਸੋਧਿਆ ਜਾ ਚੁੱਕਿਆ ਹੈ ਐਸ ਲਈ ਜਥੇ ਬਕਾਇਦਾ ਪੁਲਿਸ ਦੇ ਕੱਲ ਵਾਲੇ ਨਾਕੇ ਦੀ ਥਾਂ ਤੱਕ ਜਾਣ ਅਤੇ ਫਤਿਹ ਦਾ ਐਲਾਨ ਉੱਥੇ ਹੀ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਵਿੱਚ ਹੋਵੇ ਅਜਿਹਾ ਹੀ ਹੋਇਆ 250 ਸਤਿਆਗ੍ਰਹੀ ਜੱਥੇਦਾਰ ਗੁਰਬਚਨ ਸਿੰਘ ਜੀ ਫਤਿਹਗੜ੍ਹ ਦੀ ਕਮਾਨੇ ਹੇਠਾਂ ਆਰਾਮਸਰ ਰੋਡ ਤੋਂ ਹੁੰਦੇ ਹੋਏ ਸਰਕੂਲਰ ਰੋਡ ਪਰ ਪੁੱਜੇ। ਇਸ ਸਮੇਂ 15-20 ਹਜ਼ਾਰ ਦੀ ਗਿਣਤੀ ਵਿੱਚ ਸੰਗਤਾਂ ਵੀ ਉਹਨਾਂ ਦੇ ਨਾਲ ਸਨ। ਸਤਿਆਗ੍ਰਹੀਆਂ ਤੇ ਸਭ ਸੰਗਤਾਂ ਨੇ ਰਲ ਕੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਇਤਨੇ ਜ਼ੋਰ ਨਾਲ ਲਾਏ ਕਿ ਅਮਰਸਰ ਦਾ ਸਾਰਾ ਆਕਾਸ਼ ਗੂੰਜਦਾ ਹੋਇਆ ਪ੍ਰਤੀਤ ਹੋਇਆ। ਇਨ੍ਹਾਂ ਨਾਰਿਆਂ ਤੇ ਸਾਸਤਰੀ ਅਕਾਲ ਦੇ ਜ਼ਿਕਾਰਿਆਂ ਦੀ ਗੂੰਜ ਨਾਲ ਖੁਸ਼ੀਆਂ ਮਨਾਉਂਦੇ ਹੋਏ ਸਤਿਆਗ੍ਰਹੀ ਵਾਪਸ ਮੰਜੀ ਸਾਹਿਬ ਆ ਗਏ। ਇਸ ਤਰ੍ਹਾਂ ਸੱਚਾ ਸਰਕਾਰ ਦੇ ਗੋਡੇ ਟੇਕਣ ਨਾਲ ਸ਼ੋਮੀ ਕਾਲੀਦਲ ਦਾ ਸ਼ਹਿਰੀ ਆਜ਼ਾਦੀ ਦਾ ਇਹ ਮੋਰਚਾ 64 ਦਿਨਾਂ ਪਿਛੋਂ ਪੂਰੀ ਸ਼ਾਨ ਨਾਲ ਫਤਿਹ ਹੋ ਗਿਆ ਅਤੇ ਸੰਸਾਰ ਨੂੰ ਪਤਾ ਲੱਗ ਗਿਆ ਕਿ ਸਿੱਖ ਕੌਮ ਜਦ ਮੋਰਚਾ ਲਾਉਂਦੀ ਹੈ ਤਾਂ ਉਸ ਨੂੰ ਫਤਿਹ ਕਰਨ ਬਿਨਾਂ ਕਦੇ ਨਹੀਂ ਛੱਡਦੀ ਸਾਰੇ ਪੰਥ ਵਿੱਚ ਖੁਸ਼ੀ ਭਰੀ ਖਬਰ ਪੁੱਜੀ ਅਤੇ ਥਾਂ ਥਾਂ ਪੁਰ ਫਤਿਹ ਦੇ ਸ਼ੁਦਿਆਨ ਨੇ বাজائے ਜਾਣ ਲੱਗੇ ਦਰਬਾਰ ਸਾਹਿਬ ਤੇ ਹਮਲੇ ਦੇ ਪਿਛੋਂ ਪੁਲਸ ਅਤੇ ਫੌਜ ਵੱਲੋਂ ਦਰਬਾਰ ਸਾਹਿਬ ਤੇ 4 ਜੁਲਾਈ ਦੇ ਹਮਲੇ ਦੇ ਪਿੱਛੋਂ ਪ੍ਰੋਟੈਸਟ ਕਰਨ ਵਾਸਤੇ ਪੰਜਾਬ ਦੇ ਸਾਰੇ ਸਿੱਖ ਦੁਕਾਨਦਾਰਾਂ ਨੇ 5 ਜੁਲਾਈ ਦੇ ਦਿਨ ਹੜਤਾਲ ਕਰ ਦਿੱਤੀ। ਹਮਲੇ ਦੀ ਹਰ ਪਾਸਿਓਂ ਨਿੰਦਾ ਹੋਈ। ਕਾਂਗਰਸੀਆਂ ਦੇ ਹਮਾਇਤੀ ਬਾਬਾ ਖੜਕ ਸਿੰਘ, ਅਥੋਪੀਆ ਦੇ ਸਾਬਕਾ ਸਫੀਰ ਸਰਦਾਰ ਸੰਤ ਸਿੰਘ, ਈਸ਼ਰ ਸਿੰਘ ਮੰਜਾਲ ਅਤੇ ਹੋਰ ਕਾਂਗਰਸੀਆਂ ਨੇ ਵੀ ਦਰਬਾਰ ਸਾਹਿਬ 'ਚ ਪੁਲਿਸ ਦਾਖਲੇ ਦੀ ਨਿੰਦਾ ਕੀਤੀ। ਚੀਫ ਖਾਲਸਾ ਦਵਾਨ ਨੇ ਵੀ ਪ੍ਰੋਟੈਸਟ ਮਤਾ ਪਾਸ ਕੀਤਾ ਕਾਂਗਰਸੀਆਂ ਵੱਲੋਂ ਜਥੇਦਾਰ ਦਰਸ਼ਨ ਸਿੰਘ ਫੇਰੂਮਾਨ ਪ੍ਰਤਾਪ ਸਿੰਘ ਕੈਰੋਂ ਤੇ ਗੁਰਵਚਨ ਸਿੰਘ ਬਾਜਬਾ ਨੇ ਹਮਾਇਤ ਕੀਤੀ ਜਥੇਦਾਰ ਫੇਰੂਮਾਨ ਨੇ ਤਾਂ ਸਰਕਾਰ ਨੂੰ ਮੁਰਦਾਵਾਦੀ ਤਾਰ ਵੀ ਭੇਜੀ 12 ਜੁਲਾਈ ਨੂੰ ਨਾਰਿਆਂ ਤੋਂ ਪਾਬੰਦੀ ਵਾਪਸ ਲਈ ਗਈ ਅਤੇ ਪੁਲਿਸ ਦਰਵਾਜ਼ਾ ਸਾਹਿਬ ਚੋਂ ਚਲੀ ਗਈ ਪੰਜਾਬ ਕਾਂਗਰਸ ਦੀ ਵਰਕਿੰਗ ਕਮੇਟੀ ਨੇ 13 ਦੇ ਮੁਕਾਬਲੇ ਚਾਰ ਵੋਟਾਂ ਨਾਲ ਪਾਬੰਦੀ ਵਾਪਸ ਲੈਣ ਦੀ ਹਮਾਇਤ ਕੀਤੀ ਪਵੰਦੀ ਵਾਪਸ ਲੈਣ ਦੇ ਮੁਖਾਲਫਿਤ ਸਨ ਦਰਬਾਰਾ ਸਿੰਘ ਨੂਰ ਮਹਿਲੀਆ ਕੈਪਟਨ ਰਣਜੀਤ ਸਿੰਘ ਚੌਧਰੀ ਦੇਵੀ لال ਪ੍ਰੋਫੈਸਰ ਸ਼ੇਰ ਸਿੰਘ ਸ਼੍ਰੋਮਣੀ ਅਕਾਲੀ ਦਲ ਨੇ ਦਰਬਾਰ ਸਾਹਿਬ ਤੇ ਪੁਲਿਸ ਹਮਲੇ ਦੀ ਅਦਾਲਤੀ ਜਾਂਚ ਦੀ ਮੰਗ ਕੀਤੀ ਸਰਕਾਰ ਵੱਲੋਂ ਕੋਈ ਐਕਸ਼ਨ ਨਾ ਹੋਣ ਤੇ ਅਕਾਲੀ ਦਲ ਨੇ ਆਪ ਇੱਕ ਜਾਂਚ ਕਮੇਟੀ ਬਣਾਈ ਇਸ ਵਿੱਚ ਰਿਟਾਇਰ ਜੱਜ ਸੀ ਵੀ ਤੇਜਾ ਸਿੰਘ ਪਾਈ ਯੋਧ ਸਿੰਘ ਕਮਲ ਤਰੀਪ ਸਿੰਘ ਮੈਂਬਰ ਸਨ ਅਕਾਲੀ ਦਲ ਨੇ ਸਰਕਾਰ ਤੇ 10 ਚਾਰਜ ਲਾਏ ਪਹਿਲਾ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਟੀਅਰ ਗੈਸ ਦੇ ਗੋਲੇ ਸੁੱਟਣਾ ਤੇ ਸੰਗਤਾਂ ਨੂੰ ਜ਼ਖਮੀ ਕਰਨਾ ਦੂਜਾ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਥੀ ਅਤੇ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਦੀ ਗ੍ਰਿਫਤਾਰੀ ਤੀਜਾ ਮੰਜੀ ਸਾਹਿਬ ਤੇ ਕਬਜ਼ਾ ਚੌਥਾ ਮੰਜੀ ਸਾਹਿਬ ਤੇ ਜੁੱਤੀਆਂ ਲੈ ਕੇ ਚੜ੍ਹਨਾ ਅਤੇ ਉੱਥੇ ਤਾਂਸ਼ ਖੇਡਣਾ ਪੰਜਵਾਂ ਦਰਬਾਰ ਸਾਹਿਬ ਦਾ ਮੇਨ ਗੇਟ ਸੀਲ ਕਰਨਾ ਛੇਮਾ ਗੁਰੂ ਰਾਮਦਾਸ ਰਾਤੇ ਕਬਜ਼ਾ ਕਰਨਾ ਅਤੇ ਮੁਸਾਫਰਾਂ ਨੂੰ ਗ੍ਰਿਫਤਾਰ ਕਰਨਾ ਸੱਤਵਾਂ ਦੀਵਾਨ ਸਥਾਨ ਦੇ ਤਾਲੇ ਤੋੜ ਕੇ ਸਮਾਨ ਚੁੱਕਣਾ ਅੱਠਵਾਂ ਲੰਗਰ ਗੁਰਦੁਆਰਾ ਪੰਜਵੀਂ ਪਾਤਸ਼ਾਹੀ ਅਤੇ ਦੀਵਾਨ ਹਾਲ ਤੇ ਜੁੱਤੀਆਂ ਲੈ ਕੇ ਚੜਨਾ ਨੌਵਾਂ ਬਾਬਾ ਦੱਲ ਜੀ ਜੁੱਤੀਆਂ ਅਤੇ ਲਾਠੀਆਂ ਨਾਲ ਚੜਨਾ ਦਸਮਾ ਲੰਗਰ ਦਾ ਸਮਾਨ ਖੋਣਾ 45 ਕਮੇਟੀ ਨੇ ਸਰਕਾਰ ਨੂੰ ਦੋਸ਼ੀ ਕਰਦਾਨਿਆ ਪਰ ਸਰਕਾਰ ਤੇ ਕੋਈ ਅਸਰ ਨਾ ਹੋਇਆ 8 ਸਤੰਬਰ 1955 ਦੇ ਦਿਨ ਮਾਸਟਰ ਤਾਰਾ ਸਿੰਘ ਨੂੰ ਗੁਰਦਾਵਾ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ। ਮਾਸਟਰ ਜੀ ਦੇ ਬਾਹਰ ਆਉਂਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਦਰਬਾਰ ਸਾਹਿਬ ਤੇ ਹਮਲੇ ਦੀ ਮਾਫੀ ਨਹੀਂ ਮੰਗਦੀ ਸਿੱਖ ਆਰਾਮ ਨਾਲ ਨਹੀਂ ਬੈਠਣਗੇ। ਇਸ ਦੌਰਾਨ ਅਕਤੂਬਰ 1955 'ਚ ਭਾਰਤ ਸਰਕਾਰ ਦੇ ਹੱਦਬੰਦੀ ਕਮਿਸ਼ਨ ਦੀ ਰਿਪੋਰਟ ਆ ਗਈ। ਰਿਪੋਰਟ 'ਚ ਪੰਜਾਬੀ ਸੂਬੇ ਦੀ ਮੰਗ ਦੀ ਮੁਖਾਲਫਤ ਕੀਤੀ ਗਈ ਸੀ। ਅਤੇ ਉਲਟਾ ਇਹ ਵਿਚਾਰ ਕੀਤਾ ਗਿਆ ਸੀ ਕਿ ਪੰਜਾਬ, ਪੈਪਸੂ ਤੇ ਹਿਮਾਚਲ ਨੂੰ ਮਿਲਾ ਕੇ ਮਹਾ ਪੰਜਾਬ ਬਣਾ ਦਿੱਤਾ ਜਾਵੇ। 16 ਅਕਤੂਬਰ 1955 ਦੇ ਦਿਨ ਮਾਸਟਰ ਤਾਰਾ ਸਿੰਘ ਜੀ ਨੇ ਆਲ ਪਾਰਟੀਆਂ ਕਨਵੈਨਸ਼ਨ ਬੁਲਾਈ। ਇਸ ਵਿੱਚ ਵੱਖ-ਵੱਖ ਪਾਰਟੀਆਂ ਦੇ 1300 ਨੁਮਾਇੰਦੇ ਸ਼ਾਮਲ ਹੋਏ। ਕਨਵੈਨਸ਼ਨ ਨੇ ਮਾਸਟਰ ਜੀ ਨੂੰ ਪੰਜਾਬੀ ਸੂਬਾ ਬਣਾਉਣ ਵਾਸਤੇ ਜਦੋਂ ਜਹਿਦ ਕਰਨ ਦੇ ਸਾਰੇ ਹੱਕ ਦੇ ਦਿੱਤੇ। ਇਸ ਹਾਲਤ ਵਿੱਚ ਭੀਮ ਸਿੰਘ ਸੱਚਰ ਨੇ ਬਿਆਨ ਦੇ ਦਿੱਤਾ ਕਿ ਸਿੱਖਾਂ ਵਿੱਚ ਰੋਸ਼ ਦੀ ਵਜ੍ਹਾ ਪੰਜਾਬ ਦਾ ਫਿਰਕਾ ਪ੍ਰਸਤ Hindu ਹੈ ਜੋ Hindu ਪੰਜਾਬੀ ਜਵਾਨ ਦਾ ਫਾਰਮੂਲਾ ਮਨਜ਼ੂਰ ਨਹੀਂ ਕਰਦੇ ਉਹ ਕਾਂਗਰਸ ਛੱਡ ਕੇ ਆਰਐਸਐਸ ਵਿੱਚ ਸ਼ਾਮਲ ਹੋ ਜਾਂ। 24 ਅਕਤੂਬਰ ਦੇ ਦਿਨ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਹਕਮ ਸਿੰਘ ਤੇ ਗਿਆਨ ਸਿੰਘ ਰਾੜੇਵਾਲ ਨਹਿਰੂ ਨੂੰ ਮਿਲੇ। 24 ਅਕਤੂਬਰ ਦੇ ਦਿਨ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਹਕਮ ਸਿੰਘ ਤੇ ਗਿਆਨ ਸਿੰਘ ਰਾੜੇਵਾਲ ਨਹਿਰੂ ਨੂੰ ਮਿਲੇ। ਇਸ ਮੀਟਿੰਗ ਵਿੱਚ ਮਲਾਨਾ ਆਜ਼ਾਦ ਤੇ ਪੰਡਿਤ ਪੰਤ ਵੀ ਸ਼ਾਮਲ ਸਨ ਪਰ ਇਸ ਮੀਟਿੰਗ ਦਾ ਕੋਈ ਨਤੀਜਾ ਨਾ ਨਿਕਲਿਆ ਸਿਰਫ ਭੀਮ ਸਹਿਨ ਸੱੱਚਰ ਨੇ 10 ਨਵੰਬਰ ਦੇ ਦਿਨ ਅਕਾਲ ਤਖਤ ਸਾਹਿਬ ਤੇ ਆ ਕੇ ਮਾਫੀ ਮੰਗੀ ਸੱੱਚਰ ਦੇ ਸੈਕਸ਼ਨ ਤੇ ਫਿਰਕੂ ਹਿੰਦੂ ਬੜੇ ਔਖੇ ਹੋਏ ਇਸ ਤੇ ਸੱੱਚਰ ਨੇ 14 ਜਨਵਰੀ 1956 ਨੂੰ ਚੀਫ ਮਿਨਿਸਟਰੀ ਛੱਡ ਦਿੱਤੀ ਤੇ ਕਾਂਗਰਸ ਨੇ ਸਿੱਖਾਂ ਨੂੰ ਮਾਰਨ ਵਾਸਤੇ ਇੱਕ ਸਿੱਖ ਚੀਫ ਮਿਨਿਸਟਰ ਲਿਆਂਦਾ ਪ੍ਰਤਾਪ ਸਿੰਘ ਕੈਰੋਂ ਪ੍ਰਤਾਪ ਸਿੰਘ ਕੈਰੋਂ ਨੇ 21 ਜਨਵਰੀ 1956 ਦੇ ਦਿਨ ਉਹਦੇ ਦਾ ਹਲਫ ਲੈ ਲਿਆ ਇਸ ਤੋਂ ਬਾਅਦ ਸਿੱਖਾਂ ਤੇ ਕਾਂਗਰਸ ਵਿੱਚ ਟੱਕਰ ਦਾ ਇੱਕ ਨਵਾਂ ਦੌਰ ਸ਼ੁਰੂ ਹੋਣ ਦੇ ਇਸ਼ਾਰ ਪੈਦਾ ਹੋ ਗਏ ਜਿਨ੍ਹਾਂ ਨੇ ਅੱਗੋਂ ਪੰਜਾਬੀ ਸੂਬਾ ਮੋਰਚਾ 1960 ਨੂੰ ਜਨਮ ਦਿੱਤਾ ਤੁਸੀਂ ਸੁਣ ਰਹੇ ਸੀ ਤਵਾਰੀਖ ਪੰਜਾਬੀ ਸੂਬਾ ਮੋਰਚਾ 1955